ਜੀ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ। ਅਤੇ ਅੱਜ ਦੇਖੋ ਮੈਂ ਸਿਰ ਕਿੱਦਾਂ ਵਾ ਆਈ ਸਿੰਘ ਜੀ ਕੱਢ ਕੇ ਅਤੇ ਨਿਊ ਸਟਾਈਲ ਕੀਤਾ ਵਾ ਅਤੇ ਪਤਾ ਨਹੀਂ ਕਿਵੇਂ ਦਾ ਲੱਗਿਆ ਕਿਵੇਂ ਦਾ ਨਹੀਂ, ਪਰ ਮੈਨੂੰ ਤਾਂ ਆਪਣੇ ਆਪ ਨੂੰ ਔਡ ਜਿਹਾ ਲੱਗਾ ਤਾਂ ਤੁਸੀਂ ਦੱਸੋ ਕਿੱਦਾਂ ਦਾ ਲੱਗਾ। ਅਤੇ ਹੈਲੋ ਜੀ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰੇ ਵੱਲੋਂ ਅੱਜ ਦੇ ਵਲੋਗ ਦੀ ਸ਼ੁਰੂਆਤ ਕਰਦੇ ਹਾਂ, ਬਟ ਟਾਈਮ ਹੋ ਚੁੱਕਾ ਸਵੇਰ ਦਾ 12 ਵਜੇ ਦਾ, ਹਾਂ 12 ਵਜੇ ਚੱਲੇ ਨੇ। ਅੱਜ ਵਲੋਗ ਦੀ ਸ਼ੁਰੂਆਤ ਆਪਾਂ 12 ਵਜੇ ਕੀਤੀ ਆ ਅਤੇ ਆਲਮੋਸਟ ਇੱਕ ਅਤੇ ਦੂਜਾ ਮੇਰਾ, ਮੈਂ ਇਕੱਲੀ ਨੇ ਅੱਜ ਸਾਰਾ ਕੰਮ ਕੀਤਾ। ਹਾਂ, ਕਵਲ ਤਾਂ ਆਈ ਨਹੀਂ, ਕਵਲ ਨੇ ਆਪਣੀ ਛੋਟੀ ਭੈਣ ਨੂੰ ਭੇਜਿਆ ਸੀ ਉੱਥੋਂ ਸਾਫ਼ ਸਫਾਈ ਕਰਵਾਈ ਅਤੇ ਆਹ ਜਿਹੜਾ ਵੀ ਰੂਮ ਸਾਰਾ ਕਲੀਨ ਕੀਤਾ, ਇਹਦਾ ਸਿਰਫ ਆਹ ਸ਼ਾਰਟ ਰਹਿ ਗਿਆ ਵਿਛਾਉਣ ਵਾਲਾ, ਬਾਕੀ ਉੱਪਰੋਂ ਸਾਰਾ ਵਾਧਾ ਵੀ ਕਲੀਨ ਕੀਤਾ ਅਤੇ ਬਾਕੀ ਸਾਰੇ ਆਲਮੋਸਟ ਡਸਟਿੰਗ ਵਗੈਰਾ ਮੈਂ ਕੀਤੀ ਅਤੇ ਸੋਫਿਆਂ ਦੇ ਕਵਰ ਵੀ ਆਪਾਂ ਵਿਛਾ ਦਿੱਤੇ ਆ। ਪ੍ਰਭ ਦੇ ਬੁੱਕਸ ਪਈਆਂ ਕਿਉਂਕਿ ਉਹਦਾ ਪੇਪਰ ਆ ਕੱਲ੍ਹ ਨੂੰ ਮੰਡੇ, ਅਤੇ ਉਹਨੇ ਪੜ੍ਹਨ ਦਿਆ ਸੀਗਾ ਅਤੇ ਹੁਣ ਉਹ ਮੜਾਇਆ ਗਿਆ ਅੱਡੇ ਦੇ ਅੰਕਲ ਆਏ ਉਹਨਾਂ ਨੂੰ ਲੈਣ ਗਿਆ ਵਾ ਸਾਹਮਣੇ ਘਰ ਵਾਲਿਆਂ ਦੇ, ਅਤੇ ਆਪਣੇ ਲਾਗੇ ਇੱਧਰ ਪ੍ਰੋਗਰਾਮ ਸੀਗਾ, ਪ੍ਰਭ ਉੱਧਰ ਗਿਆ ਅਤੇ ਪ੍ਰਭ ਦੇ ਨਾਨੂ ਵੀ ਉੱਧਰ ਗਿਆ, ਉੱਧਰੋਂ ਪਾਪਾ ਨੂੰ ਆਇਆ ਸੀ ਇਨਵੀਟੇਸ਼ਨ। ਉਹ ਨਾ ਅੰਕਲ ਸੀਗੇ, ਪਾਪਾ ਦੇ ਫਰੈਂਡ ਹੀ ਆ, ਅਤੇ ਉਹਨਾਂ ਦੀ ਕੋਈ ਹੈ ਨਾ, ਸ਼ਾਇਦ ਉਹਨਾਂ ਦੇ ਭਰਾ ਦਾ ਕੋਈ ਇੱਦਾਂ ਜਿਹਾ, ਮਤਲਬ ਕੋਈ ਉਹਨਾਂ ਦੀ ਡੈਥ ਹੋਈ ਅਤੇ ਉਹਨਾਂ ਦਾ ਅੱਜ ਹੈਗੀ ਆ ਜਿਹਨੂੰ ਕਹਿ ਦਿੰਦੇ ਨਾ ਆਪਾਂ ਬਰੀਨਾ, ਅਤੇ ਬਰੀਨੇ ਦਾ ਭੋਗ ਸੀਗਾ ਅਖੰਡ ਪਾਠ ਸਾਹਿਬ ਦਾ ਭੋਗ ਸੀਗਾ, ਅਤੇ ਉਹ ਆਪਣੇ ਦੇ ਨਾਲ ਦਾ ਮੈਰਿਜ ਪੈਲਸ ਆ ਅਤੇ ਉੱਥੇ ਉਹਨਾਂ ਨੇ ਪ੍ਰੋਗਰਾਮ ਕੀਤਾ, ਅਤੇ ਇਸ ਕਰਕੇ ਫਿਰ ਪ੍ਰਭ ਅਤੇ ਡੈਡੀ ਗਏ ਨੇ ਉੱਧਰ, ਜੀ ਗਰੁੱਪ ਗਏ ਨੇ ਗੁਰਦੁਆਰਾ ਸਾਹਿਬ, ਅਤੇ ਮੈਂ ਇਕੱਲੀ ਹਾਂ। ਮੈਂ ਆਲਮੋਸਟ ਸਾਰੀ ਫੀਲਿੰਗ ਗੇਟ ਟੂ ਗੈਟ ਲੈਟਰਿੰਗ ਵਾਸ਼ਰੂਮ, ਮੈਂ ਇਕੱਲੀ ਘਰੇ ਅਤੇ ਮੈਂ ਟੂ ਗੈਟ ਸਾਰੇ ਵਾਸ਼ਰੂਮ ਕਲੀਨ ਕੀਤੇ, ਕਲੀਨ ਕਰਕੇ ਅਤੇ ਹੁਣੇ ਆਪਾਂ ਵਿਹਲੇ। ਅੱਜ ਹੁਣੇ ਗੈਸਟ ਆਪਣੇ ਘਰੇ, ਜਗਰੂਪ ਦੀ ਮੇਰੀ ਆਉਣੀ ਹੈ ਨਨਾਣ ਅਤੇ ਜਗਰੂਪ ਦੀ ਆਉਣੀ ਹੈ ਭੈਣ, ਹਾਂਜੀ, ਅਤੇ ਪ੍ਰਭ ਦੀ ਆਉਣਾ ਵਾ ਭੂਆ ਹੋਈ, ਹਾਂ ਨਹੀਂ ਅਜੇ ਨਹੀਂ ਆਏ। ਪ੍ਰਭ ਕੰਮ ਕਰ, ਮੈਂ ਥੱਪੜ ਮਾਰੂ ਕੰਨ 'ਤੇ, ਬੱਚੇ ਤਾਂ ਮੈਂ ਨਹੀਂ ਇੰਨੀ ਕੰਨੀ ਖਿਸਕਾਉਂਦੇ ਰਹਿੰਦੇ ਆ ਨਾ ਪੜ੍ਹਨ ਤੋਂ ਵੀ, ਸਾਨੂੰ ਨਾ ਹੀ ਪੜ੍ਹਨਾ ਪਵੇ ਨਾ ਹੀ ਪੜ੍ਹਨਾ ਪਵੇ ਕੋਈ ਚੱਕਰ ਨਹੀਂ ਹੈ, ਜੇ ਸ਼ਾਮਾਂ ਤੱਕ ਟਾਈਮ ਹੈਗਾ ਸ਼ਾਮਾਂ ਨੂੰ ਚਲ ਜਾਇਓ, ਆ ਲੈਂਦੇ ਉਹਨਾਂ ਨੂੰ ਉੱਧਰੋਂ, ਵਿਹਲਾ ਹੀ ਆ ਮੈਂ ਨੀ ਸੱਚੀ, ਪੜ੍ਹ ਉੱਥੇ ਬੈਠ ਕੇ, ਚੱਲ 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 ਪਹਿਲਾਂ ਰੀਡਿੰਗ ਲੈ ਚੰਗੀ ਤਰ੍ਹਾਂ ਸਾਰੀ, ਆ ਮੈਨੂੰ ਦਿਖਾ ਸੁਣਾ, ਮੈਂ ਕੁਸ਼ਚਨ ਆਨਸਰ ਸੁਣਾ ਤੇਰੇ ਤੋਂ, ਫਿਰ ਮੈਨੂੰ ਪਤਾ ਲੱਗੇ ਕੀ ਕੀਤਾ ਕੀ ਨਹੀਂ। ਆ ਲਿਆ ਦੇ ਬੁੱਕ, ਅਤੇ ਇੱਦਾਂ ਬਸ ਇਹਨਾਂ ਨੂੰ ਬਸ ਪੜ੍ਹਨ ਤੋਂ ਛੁਟਕਾਰਾ ਚਾਹੀਦਾ ਕਿਸੇ ਤਰੀਕੇ ਨਾਲ, ਅਤੇ ਵੇਖੀ ਉੱਥੇ ਜਦੋਂ ਨੰਬਰ ਘੱਟ ਆਏ ਨਾ ਕੰਨਾਂ ਦੇ ਲਾਓ, ਵੇਖੀ ਕੰਨ ਵੱਜਦੀਆਂ ਕਿਹੜੇ ਰੋਕ, ਚਪੇੜਾਂ ਵੱਜ ਗਈਆਂ ਅਤੇ ਹੋਰ ਨਿਕਲ ਆਉਣਾ। ਅਤੇ ਅੱਜ ਮੇਰੀ ਆਉਣਾ ਨਨਾਣ ਨੇ, ਅਤੇ ਨਨਾਣ ਦੇ ਆਉਣ ਦੀ ਖੁਸ਼ੀ ਦੇ ਵਿੱਚ ਹੀ ਸਾਰੇ ਕੰਮ ਮੈਂ ਕੀਤੇ, ਭੱਜ ਭੱਜ ਕੇ ਵੈਸੇ ਤੁਹਾਨੂੰ ਪਤਾ ਆਲਮੋਸਟ ਆਪਣੇ ਘਰ ਸਫਾਈ ਰਹਿੰਦੀ ਆ, ਬਟ ਫਿਰ ਵੀ ਕੋਈ ਗੈਸਟ ਆਉਣਾ ਹੋਵੇ ਤਾਂ ਫਿਰ ਥੋੜ੍ਹਾ ਡੀਪਲੀ ਹੱਥ ਮਾਰਨਾ ਪੈਂਦਾ ਵਾ ਕਿ ਕੋਈ ਮਤਲਬ ਕਿ ਕੋਈ ਖਲਾਰਾ ਸਾਹਮਣੇ ਦਿਖੇ ਨਾ। ਪਤਾ ਨਹੀਂ ਕਈਆਂ ਘਰਾਂ ਦੇ ਵਿੱਚ ਹੁੰਦਾ ਕਿ ਹੈ ਨਾ, ਕਈ ਨਹੀਂ ਕਰਦੇ, ਪਰ ਸਾਨੂੰ ਤਾਂ ਹੁੰਦਾ ਵਾ ਕਿ ਮਤਲਬ ਕਿ ਐਂ ਏ ਟੂ ਜੈਡ ਚੀਜ਼ ਜਿਹੜੀ ਆ ਆਪਣੀ ਜਗ੍ਹਾ 'ਤੇ ਪ੍ਰੋਪਰ ਜਗ੍ਹਾ 'ਤੇ ਪਈ ਹੋਵੇ, ਅਤੇ ਫਿਰ ਚਲੀ ਜਾਣੀ ਇੱਥੇ ਨਹੀਂ, ਹੁਣ ਸਿਰਫ ਰੋਟੀ ਚੱਲਣੀ ਹੈ ਭੋਗ ਤੋਂ ਬਾਅਦ। ਅਤੇ ਪ੍ਰਭ ਨਾ ਲਾਗੇ ਜਿਹੜਾ ਤੁਹਾਨੂੰ ਦੱਸਦੀ ਨਾ ਖਾਣ ਵਾਸਤੇ ਦਾ ਭੋਗ, ਉਹਨਾਂ ਨੇ ਸਿਰਫ ਬਣਾਇਆ ਪਾਈ ਬਰਫੀ ਅਤੇ ਰਸਗੁੱਲਾ ਇੱਕ ਅਤੇ ਇੱਕ ਬਰਫੀ ਦੇ ਨਾਲ ਮੱਠੀ ਦੇ ਪੀਸ, ਕਿਉਂਕਿ ਸਵਰੀਨੇ ਦੇ ਇਹੋ ਕੁਝ ਚੱਲਦਾ, ਅਤੇ ਪ੍ਰਭ ਦਾ ਰਾਧਾ ਖਣੀ ਉਹਨਾਂ ਨੇ ਪਕੌੜੇ ਵੀ ਪਾਉਣੇ। ਪ੍ਰਭ ਇੱਕ ਵਾਰੀ ਖਾਇਆ ਵਾ ਅਤੇ ਹੁਣ ਦੂਰੀ ਬਾਰੇ ਸੋਚਣ ਦਿਆ ਵਾ ਕਿ ਸ਼ਾਇਦ ਭੋਗ ਪੈਣ ਤੋਂ ਬਾਅਦ, ਕੀਰਤਨ ਹੋਣ ਤੋਂ ਬਾਅਦ ਅਤੇ ਭੋਗ ਤਾਂ ਪੈ ਗਿਆ ਵਾ, ਕੀਰਤਨ ਹੋਣ ਤੋਂ ਬਾਅਦ ਸ਼ਾਇਦ ਉਹਨਾਂ ਨੇ ਫਿਰ ਲਾਉਣੇ ਆ ਇਹ ਪਕੌੜੇ। ਹੁਣ ਨਹੀਂ ਪਕੌੜੇ, ਹੁਣ ਸਿਰਫ ਰੋਟੀ ਚੱਲਣੀ ਆ ਜੋ ਵੀ ਉਹਨਾਂ ਬਣਾਈ ਹੋਈ, ਅਤੇ ਇਹਦਾ ਰਾਧਾ ਸ਼ਾਇਦ ਜੇ ਪਕੌੜੇ ਚੱਲਣੇ ਮੈਂ ਫਿਰ ਜਾਊਂਗਾ ਅਤੇ ਪਕੌੜੇ ਖਾ ਕੇ ਆਊਂਗਾ, ਹੁਣ ਰੋਟੀ ਖਾ ਕੇ ਆਈ। ਠੀਕ ਆ, ਅਤੇ ਮਿਲਦੇ ਹਾਂ ਜੀ ਹੁਣ ਤੁਹਾਨੂੰ ਥੋੜ੍ਹੀ ਦੇਰ ਤੱਕ, ਅਤੇ ਮੈਂ ਥੋੜ੍ਹੀ ਜਿਹੀ ਹੁਣ ਰੈਸਟ ਕਰ ਲਾਂ ਕਿਉਂਕਿ ਬਾਅਦ ਵਿੱਚ ਆ ਜਾਣੇ ਗੈਸਟ, ਅਤੇ ਪ੍ਰਭ ਅਤੇ ਪ੍ਰਭ ਦੇ ਨਾਨੂ ਦੋਨੇ ਚੱਲੇ ਆ ਡੈਡੀ। ਲੋਕ ਇਸ ਮੈਂ ਪੀਛੀ ਲੰਮੇ ਅਤੇ ਮੇਰੀ ਬੁਗੜੀ ਬਣਾ ਕੇ ਲੈ ਕੇ ਆਈ ਆ ਕਿ
ਬਨਾਨਾ ਸ਼ੇਕ, ਬਨਾਨਾ ਸ਼ੇਕ ਅਤੇ ਇਹ ਬਨਾਨਾ ਸ਼ੇਕ ਬਣਾ ਕੇ ਲਿਆ ਵਾ, ਕਿਉਂਕਿ ਅੱਜ ਜਿਹੜੇ ਆਏ ਸੀਗੇ ਗੈਸਟ, ਇਹਦੀ ਭੂਈ ਆਈ ਸੀਗੀ, ਭੂਈ ਲੈ ਕੇ ਆਈ ਆ ਬਨਾਨਾ। ਤੁਹਾਨੂੰ ਪਤਾ ਗੈਸਟ ਨੂੰ ਸਭ ਤੋਂ ਸਸਤਾ ਫਰੂਟ ਕਿਹੜਾ ਪੈਂਦਾ ਵਾ? ਬਨਾਨਾ। ਅਤੇ ਇਸ ਕਰਕੇ ਜਿਹੜਾ ਵੀ ਗੈਸਟ ਆਉਂਦਾ, ਤੁਹਾਨੂੰ ਪਤਾ ਲਗਭਗ ਕੀ ਲੈ ਕੇ ਆਉਂਦਾ ਪ੍ਰਭ, ਬਨਾਨਾ। ਅਤੇ ਆਹ ਫੜੀ ਮੈਂ ਇੱਥੇ ਪਈ ਹਾਂ ਲੰਮੇ, ਅਤੇ ਯਾਰ ਮੇਰੇ ਜੰਨੀ ਨਾ ਪੂੰਝਦੇ। ਹਾਂ, ਅਤੇ ਹੁਣ ਪਾਪਾ ਨੂੰ ਨਹੀਂ ਦਿੱਤਾ, ਪਾਪਾ ਕੀ ਕਰਨ ਦਾ ਆ? ਦੁਪਹਿਰੇ ਅੱਧੇ ਕੁ ਪਰਾਉਣੇ ਬੈਡ ਤੇ ਪਏ, ਅੱਧੇ ਕੁ ਪਰਾਉਣੇ ਪਏ ਇੱਥੇ ਜਗਰੂਪ ਦੇ। ਇੱਕ ਹੋਰ ਭਤੀਜਾ ਸੀਗਾ ਸਾਡਾ, ਉਹ ਪਿਆ ਸੀ ਨੀਚੇ, ਤੇ ਮੈਂ ਇੱਥੇ ਸੋਫੇ ਤੇ ਬੈਠੀ ਰਹੀ। ਪ੍ਰਭ ਦੇ ਨਾਨੂ ਨਾਲ ਚਲਾ ਗਿਆ ਸੀ ਹੋਣਾ, ਪ੍ਰਭ ਤੇ ਭੂਈ ਨੂੰ ਥੋੜ੍ਹਾ ਚਿਰ ਹੀ ਮਿਲ ਸਕਿਆ। ਪ੍ਰਭ ਭੂਈ ਕਹਿੰਦੀ ਸੀਗੀ, ਕਹਿੰਦੀ ਐਣਾ ਉਹ ਚਲੇ ਗਿਆ, ਅਤੇ ਉਹ ਫਿਰ ਜਾਣ ਲੱਗੇ। ਤੈਨੂੰ ਪੈਸੇ ਵੀ ਦੇ ਕੇ ਗਏ ਕਿੰਨੇ? ਮੈਨੂੰ 500 ਰੁਪਇਆ ਜਿਹੜੇ ਅਸੀਂ ਦਿੱਤੇ ਭੂਈ ਨੂੰ। ਉਹ ਕੋਈ ਨਹੀਂ, ਉਹ ਕੋਈ ਨਹੀਂ ਹੈਣਾ, ਤੁਹਾਡਾ ਫਰਜ਼ ਹੀ ਨਹੀਂ ਬਣਦਾ ਦੇਣ ਦਾ, ਭੂਈ ਨੂੰ ਦੇਣ ਦਾ ਫਰਜ਼ ਨਹੀਂ ਬਣਦਾ। ਅੱਛਾ, ਤੇਰਾ ਭੂਈ ਤੂੰ ਲੈਣ ਦਾ ਬਣਦਾ ਇਹ ਫਰਜ਼ ਹੈਣਾ। ਵੇਹਲੋ ਬੱਚੇ ਕਿਹੜੇ ਸ਼ਹਿਰ ਸਥਾਨ ਆ, ਕਿ ਜਿਹੜਾ ਦੇਣਾ ਲੈਣਾ ਉਹ ਮਾਂ ਪਿਓ ਦਾ, ਜਿਹੜਾ ਉਹਨਾਂ ਨੇ ਦਿੱਤਾ ਕਿਸੇ ਨੇ ਉਹ ਸਾਡਾ, ਹੈਨਾ। ਤੇ ਹੁਣ ਚੀਨੀ ਨੀ ਪਾਈ ਨਾ? ਨਹੀਂ, ਚੀਨੀ ਪਾਈ ਆ, ਖੰਡ ਨੀ ਪਾਈ ਮੈਂ। ਇਹਦਾ ਆਪਣਾ ਹੀ ਹੈ ਨਾ ਸਵਾਦ ਵੈਸੇ ਹੁੰਦਾ ਹਨਾ, ਬਨਾਨਾ ਸ਼ੇਕ ਦਾ ਐਵੇਂ ਚੀਨੀ ਪਾ ਕੇ ਖਰਾਬ ਜਿਹਾ ਕਰ ਦਿੰਦੇ ਹਨਾ, ਵਧੀਆ ਲੱਗਦਾ ਟੇਸਟੀ। ਤੇ ਹੁਣ ਗੈਸਟ ਗੁਸਟ ਚਲੇ ਗਏ ਤੇ ਮੈਂ ਗਈ ਹਾਂ ਥੱਕ। ਵੈਸੇ ਤੇ ਮੇਰੀ ਭਤੀਜੀ ਕਹਿੰਦਾ ਨਾ ਭਤੀਜੀ ਜੇਠ ਦੀ ਬੇਟੀ ਆਈ, ਉਹਨੇ ਵਿਚਾਰੀ ਨੇ ਵਾਹਵਾ ਕੰਮ ਕਰਾ ਦਿੱਤਾ, ਉਹ ਸਾਰੇ ਬਰਤਨ ਵਗੈਰਾ ਸਾਫ਼ ਕਰ ਲਈ, ਕਿਉਂਕਿ ਅੱਜ ਮੇਰੀ ਨਾ ਤੁਸੀਂ ਕਹਿਣਾ ਤਬੀਅਤ ਠੀਕ ਨਹੀਂ, ਤਬੀਅਤ ਠੀਕ ਨਹੀਂ, ਮੇਰੀ ਤਬੀਅਤ ਹੈ ਨਹੀਂ ਠੀਕ, ਪਤਾ ਨਹੀਂ ਕਿਉਂ, ਪਿੱਛੇ ਕੁਛ ਕੁ ਦਿਨਾਂ ਤੋਂ ਹੁਣ ਨਹੀਂ ਮੈਂ ਦੱਸਿਆ ਕਰਨਾ, ਨਹੀਂ ਤਾਂ ਮੈਂ ਤੁਹਾਡੀ ਵੀ ਤਬੀਅਤ ਨਹੀਂ ਠੀਕ ਹੋਣੀ। ਮੇਰਾ ਬਲੌਗ ਵੇਖ ਵੇਖ ਕੇ ਕਹਿਣਾ ਆਪਣੇ ਦੁੱਖ ਰੋਂਦੀ ਰਹਿੰਦੀ, ਮੇਰੀ ਤਬੀਅਤ ਬਿਲਕੁਲ ਵਧੀਆ ਐਨ ਫਿੱਟ ਫਾਈਨ, ਅਤੇ ਕੋਈ ਚੱਕਰ ਨਹੀਂ ਹੈਗਾ। ਅਤੇ ਹੁਣ ਇਹ ਬਣਾ ਲਿਆ ਕਰਨਾ ਹੈ ਨਾ, ਕੋਈ ਵੀ ਤਬੀਅਤ ਦਾ ਹੁਣ ਆਪਾਂ ਪੀਏ ਬਣਾਉਣਾ ਸ਼ੇਕ। ਆਹ ਗੀਤਾ ਜੇ ਵਿੱਚ ਜੇ ਚੀਕ ਮਾਰਦੇ ਉੱਚੀ ਹਾਰੀ, ਮੈਂ ਉਹ ਭਰਾਵਾ ਡਰਾਈ ਦਿੰਦੀ ਸਾਰਿਆਂ ਨੂੰ, ਜਦੋਂ ਆਵੇ ਤਾਂ ਡਰਦੀ ਆ, ਤੇ ਅੰਸ਼ਨੀ ਤਾਂ ਡਰਦੀ, ਮੋੜੂ ਵੀ ਬੜਾ ਡਰਦਾ ਰੇ, ਮੋਨੂੰ ਬੜਾ ਡਰਿਆ ਸੀ, ਮੋੜੂ ਇੱਥੇ ਲੰਮੇ ਨਾ ਪਵੇ ਆਖੇ ਆਉਂਦੀ ਮੇਰੇ ਲਾਗੇ। ਮੈਂ ਤੂੰ ਕੁੜੀਆਂ ਨੀ ਡਰਦੀਆਂ, ਤੂੰ ਮੁੰਡਾ ਵੀ ਡਰੀ ਜਾਂਦੇ ਤੂੰ। ਪੀਲੋ ਗਏ, ਟਾਈਮ ਹੋ ਗਿਆ ਸ਼ਾਮ ਦਾ 7 ਵਜੇ ਤੱਕ, ਸਾਰੇ ਬੱਚੇ ਚਲੇ ਗਏ ਨੇ ਟਿਊਸ਼ਨ ਤੋਂ, ਅਤੇ ਮੈਂ ਰਹਿ ਗਈ ਹਾਂ ਇਕੱਲੀ, ਅਤੇ ਹੁਣ ਬਸ ਇੱਕ ਬੱਚਾ ਰਹਿ ਗਿਆ, ਉਹਦੇ ਪਾਪਾ ਲੈਣ ਆਉਣ ਡਿਆ, ਅਤੇ ਇਹ ਵੀ ਚਲੇ ਜਾਏਗਾ। ਅਤੇ ਅੱਜ ਇੰਨੀ ਗਰਮੀਆਂ ਲਾਈਟ ਗਈ ਹੈ ਨਾ, ਤਾਂ ਕੀ ਦਿੱਤਾ ਆਪਾਂ ਸਾਰੇ ਬੱਚਿਆਂ ਨੂੰ ਵਿਚਾਰੇ ਨੂੰ ਇੱਦਾਂ ਹੀ ਬਿਠਾਇਆ ਗਰਮੀ ਦੇ ਵਿੱਚ। ਮੈਂ ਥਾਂ ਵਾਲੇ ਕਿ ਬਰਾਂਡੇ ਦੇ ਆਪਣੇ ਦੋ ਪੱਤੇ ਚੱਲਦੇ ਸੀਗੇ, ਪਰ ਅੰਦਰ ਏ ਸੀ ਨਹੀਂ ਚੱਲਣ ਦਿਆ, ਕਿਉਂਕਿ ਲਾਈਟ ਗਈ ਹੋਣ ਤਾਂ ਕਰਕੇ, ਅਤੇ ਗਰਮੀ ਇੰਨੀ, ਬੱਚੇ ਵਿਚਾਰੇ ਮਹਾਂ ਹੀ ਪੜ ਪੁੜ ਕੇ ਗਏ। ਮੈਂ ਆਉਂਦੇ ਵਿੱਚ ਹੈਂ ਹਾਂਜੀ ਹਾਂ, ਅਤੇ ਇਹਦੇ ਪਾਪਾ ਵਿਚਾਰੇ ਦੇ ਲੈਣ ਆਉਣ ਹੀ ਵਾਲੇ ਆ, ਅਤੇ ਮੈਂ ਹੁਣ ਚੱਲੀ ਹਾਂ ਬਾਹਰ ਥੋੜ੍ਹਾ ਜਿਹਾ ਬਾਹਰ, ਫਰੈਸ਼ ਵਾਲੇ ਨੇ, ਕਿਉਂਕਿ ਇੰਨੀ ਜ਼ਿਆਦਾ ਗਰਮੀ ਹੈ ਨਾ, ਇੱਕਦਮ ਸਕਿਨ ਜਿਹੜੀ ਆ ਚਿਪਚਪੀ ਜਿਹੀ ਹੋ ਗਈ, ਚਿਪਚਪੀ ਜਿਹੀ ਗਰਮੀ ਬਹੁਤ ਹੀ ਜ਼ਿਆਦਾ ਹੈ, ਬਹੁਤ ਹੀ ਬੁਰਾ ਹਾਲ ਹੋਇਆ ਪਿਆ। ਅਤੇ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕਿ ਮੈਨੂੰ ਹੁਣ ਪੋਲੀਓ ਕਿਵੇਂ ਹੋਇਆ, ਪੋਲੀਓ ਮੇਰੀਆਂ ਲੈਗਸ ਨੂੰ ਕੀ ਹੋਇਆ, ਮੇਰੀਆਂ
ਅੱਜ ਆਪਾਂ ਗੱਲ ਕਰ ਰਹੇ ਸੀਗੇ ਕਿ ਮੇਰੀਆਂ ਲੈਗਸ ਨੂੰ ਕੀ ਹੈ, ਮੇਰੀਆਂ ਲੈਗਸ ਨੂੰ ਹੋਇਆ ਸੀਗਾ ਪੋਲੀਓ, ਅਤੇ ਮੈਂ ਚਲੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਕਿ ਮੇਰੀਆਂ ਲੈਗਸ ਨੂੰ ਕੀ ਹੋਇਆ ਸੀਗਾ, ਅਤੇ ਸਾਰੇ ਭੈਣ ਭਰਾ ਪੁੱਛਦੇ ਰਹਿੰਦੇ ਕਿ ਤੁਹਾਡਾ ਐਕਸੀਡੈਂਟ ਹੋਇਆ ਸੀ ਜਾਂ ਕੀ ਹੋਇਆ ਸੀਗਾ, ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੀਆਂ ਲੈਗਸ ਨੂੰ ਪੋਲੀਓ ਹੋਇਆ ਸੀ, ਅਤੇ ਪੋਲੀਓ ਜਿਹੜਾ ਕਿ ਉਹ ਮੈਨੂੰ 1.25 ਸਾਲ ਦੀ ਸੀਗੀ ਜਦੋਂ ਮੈਨੂੰ ਪੋਲੀਓ ਹੋ ਗਿਆ ਸੀਗਾ, ਅਤੇ ਇੱਦਾਂ ਮੇਰੀ ਮੰਮੀ ਨੂੰ ਫੀਵਰ ਹੋਇਆ ਅਤੇ ਮੈਂ ਉਹਨਾਂ ਦੇ ਨਾਲ ਮੇਰੀ ਨਾਨੀ ਨੇ ਮੈਨੂੰ ਲਵਾ ਕੇ ਪਾ ਦਿੱਤਾ, ਅਤੇ ਮੇਰੀਆਂ ਲੱਤਾਂ ਬਾਅਦ ਵਿੱਚ ਰਾਤ ਨੂੰ ਤਾਂ ਸਹੀ ਹਿੱਦਰੇ ਜਦੋਂ ਉੱਠ ਕੇ ਉਹਨਾਂ ਨੇ ਵੇਖਿਆ ਅਤੇ ਮੇਰੀਆਂ ਲੱਤਾਂ ਬਿਲਕੁਲ ਵੀ ਨਹੀਂ ਹੀ ਕੰਮ ਕਰਦੀਆਂ, ਹਿੱਲਦੀਆਂ ਝੁਲਦੀਆਂ ਵੀ ਨਹੀਂ ਹਿਲਦੀਆਂ, ਅਤੇ ਫਿਰ ਉਹਨਾਂ ਨੇ ਨਾ ਉਸ ਟਾਈਮ 'ਤੇ ਬੜੇ ਹੀ ਡਾਕਟਰਸ ਨੂੰ ਦਿਖਾਇਆ, ਬੜੇ ਹੀ ਜਗ੍ਹਾ 'ਤੇ ਦਿਖਾਇਆ, ਪਰ ਕਿਤੋਂ ਕੋਈ ਫਰਕ ਨਹੀਂ ਪਿਆ, ਮੇਰੀ ਨਾਨੀ ਨੇ ਕੋਈ ਵੀ ਜਗ੍ਹਾ ਨਹੀਂ ਛੱਡੀ ਮਤਲਬ ਕਿ ਜਿੱਥੇ ਮੈਨੂੰ ਨਾ ਦਿਖਾਇਆ ਹੋਵੇ, ਅਤੇ ਕਹਿੰਦੇ ਹੁੰਦੇ ਨਾ ਜੋ ਰੱਬ ਦਾ ਭਣਾ ਉਹ ਮੰਨਣਾ ਹੀ ਪੈਣਾ ਵਾ, ਅਤੇ ਬਾਕੀ ਇਹਦੀ ਫੁੱਲ ਸਟੋਰੀ ਅਗਰ ਤੁਸੀਂ ਦੇਖਣੀ ਹੈ ਤਾਂ ਉਹਦਾ ਆਪਾਂ ਫਿਰ ਵਲੋਗ ਕਿਸੇ ਦਿਨ ਪਾਵਾਂਗੇ, ਸਪੈਸ਼ਲੀ ਅੱਜ ਦੇ ਲਈ ਸਿਰਫ ਆਪਾਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦੇ ਹਾਂ ਕਿ ਚਾਹਵਾਂਗੇ ਕਿ ਮੇਰੀਆਂ ਲੈਗਸ ਨੂੰ ਬਸ ਇਹੀ ਕੁਐਸਚਨ ਆਨਸਰ ਦਿੰਦੇ ਹਾਂ ਕਿ ਮੇਰੀਆਂ ਲੈਗਸ ਨੂੰ ਕੀ ਹੋਇਆ, ਮੇਰੀਆਂ ਲੈਗਸ ਨੂੰ ਪੋਲੀ ਹੋਇਆ ਸੀਗਾ, ਮੇਰਾ ਕੋਈ ਐਕਸੀਡੈਂਟ ਨਹੀਂ ਹੋਇਆ, ਪਹਿਲਾਂ ਤਾਂ ਮੈਂ ਬਿਲਕੁਲ ਇੱਕਦਮ ਨੀਚੇ ਰੇੜ ਰੇੜ ਕੇ ਚੱਲਦੀ ਨਹੀਂ, ਹੱਥਾਂ ਦੀ ਹੈਲਪ ਦੇ ਨਾਲ ਅਤੇ ਨਹੀਂ ਸੀ ਹੈਲਪ ਦੇ ਨਾਲ, ਅਤੇ ਫਿਰ ਜਿਹੜਾ ਕਿ ਓਪਰੇਟ ਅਸੀਂ 2 ਓਪਰੇਟ ਕਰਵਾਏ, ਓਪਰੇਟ ਕਰਵਾਉਣ ਦੇ ਬਾਅਦ ਅਤੇ ਫਿਰ ਮੈਂ ਇੰਨਾ ਕੇ ਚੱਲਣ ਲੱਗੀ ਕਰਚਿਸ ਦੀ ਹੈਲਪ ਦੇ ਨਾਲ, ਪਹਿਲਾਂ ਤਾਂ ਮੈਂ ਬਿਲਕੁਲ ਰੇੜ ਕੇ ਚੱਲਦੀ ਹੁੰਦੀ ਹਾਂ, ਬਿਲਕੁਲ ਹੀ ਨਹੀਂ ਚੱਲਦੀ ਹੁੰਦੀ, ਅਤੇ ਇੱਦਾਂ ਕਰ ਕਰਕੇ ਫਿਰ ਹੌਲੀ 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 ਬਹੁਤ ਹੀ ਜਗ੍ਹਾ 'ਤੇ ਪਹਿਲਾਂ ਤੋਂ ਸਟਾਰਟਿੰਗ ਤੋਂ 1.25 ਸਾਲ ਤੋਂ ਮੇਰੀ ਨਾਨੀ ਨੇ ਮੇਰੀ ਮੰਮੀ ਨੇ ਇੰਨੀ ਜਗ੍ਹਾ 'ਤੇ ਮੈਨੂੰ ਜਿੱਥੇ ਵੀ ਕਿਸੇ ਨੇ ਦੱਸਣਾ ਨਾ ਉੱਥੇ ਹੀ ਲੈ ਜਾਣਾ ਅਤੇ ਉੱਥੇ ਹੀ ਚੈੱਕ ਕਰਾਉਣਾ, ਪਰ ਕਿਤੋਂ ਵੀ ਨਹੀਂ ਫਰਕ ਪਿਆ, ਪਰ 5th ਕਲਾਸ ਸੀਗੀ ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਓਪਰੇਸ਼ਨ ਹੁੰਦੇ ਆ ਉੱਥੇ ਲੈ ਕੇ ਜਾਓ, ਫਿਰ ਉੱਥੇ ਮੇਰੀ ਨਾਨੀ ਲੈ ਕੇ ਗਈ, ਅਤੇ ਅੱਜ ਮੇਰੀ ਨਾਨੀ ਦੀ ਹੁਣ ਥੋੜ੍ਹਾ ਕੁ ਟਾਈਮ ਹੋ ਗਿਆ, 2-3 ਸਾਲ ਪਹਿਲਾਂ ਡੈਥ ਹੋ ਗਈ ਸੀਗੀ, ਅਤੇ ਪਰ ਅੱਜ ਵੀ ਮੈਂ ਉਹ ਮੇਰੇ ਦਿਲ ਦੇ ਬਹੁਤ ਕਰੀਬ ਆ, ਹੈ ਨਾ, ਉਹਨਾਂ ਨੇ ਮੈਨੂੰ ਯਾਦ ਬਹੁਤ ਆਉਂਦੀ ਦਿੱਤੀ ਆ, ਕਿਉਂਕਿ ਉਹਨਾਂ ਨੇ ਮੇਰੇ ਲਈ ਬਹੁਤ ਕੀਤਾ, ਨਾਨੀਆਂ ਅਤੇ ਤੁਹਾਨੂੰ ਪਤਾ ਮਾਵਾਂ ਜਿਹੜੀਆਂ ਨਾ ਉਹ ਆਪਣੇ ਦੋਤੇ ਦੋਤੀਆਂ ਲਈ ਅਤੇ ਮਾਂ ਆਪਣੇ ਧੀਆਂ ਪੁੱਤਾਂ ਲਈ ਹਰ ਕੋਸ਼ਿਸ਼ ਕਰਦੀਆਂ ਕਿ ਮੇਰੀ ਧੀ ਮੇਰਾ ਬੱਚੇ ਜਿਹੜੇ ਆ ਉਹ ਖੁਸ਼ ਰਹਿਣ, ਅਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਅਤੇ ਫਿਰ ਮੈਂ ਇੰਨਾ ਕੁ ਚੱਲਣ ਲੱਗੀ, ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਬਾਹਰ, ਅਤੇ ਅਗਲੀ ਵੀਡੀਓ ਅਗਰ ਜੇ ਤੁਸੀਂ ਚਾਹੁੰਦੇ ਪ੍ਰੋਪਰ ਵੀਡੀਓ ਉੱਤੇ ਲੈ ਕੇ ਆਈਏ ਆਪਾਂ, ਤਾਂ ਤੁਸੀਂ ਸਾਨੂੰ ਦੱਸਿਓ, ਫਿਰ ਆਪਾਂ ਇਹਦੇ 'ਤੇ ਪ੍ਰੋਪਰ ਵੀਡੀਓ ਬਣਾਵਾਂਗੇ, ਪੂਰੀ ਆਪਣੀ ਸਟੋਰੀ ਦੱਸਾਂਗੇ, ਬਹੁਤ ਲੰਬੀ ਸਟੋਰੀ ਆ, 1.25 ਸਾਲ ਤੋਂ ਲੈ ਕੇ 15-16 ਸਾਲ ਦੀ ਏਜ ਤੱਕ ਬਹੁਤ ਲੰਬੀ ਸਟੋਰੀ ਆ, ਅਤੇ ਤੁਹਾਨੂੰ ਦੱਸਾਂਗੇ, ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਬਾਹਰ, ਥੈਂਕ ਯੂ, ਬਾਏ। ਤੋ ਗਾਈਸ, ਮੈਂ ਚੱਲੀ ਸੀ ਬਾਹਰ ਅਤੇ ਲਾਈਟ ਨਹੀਂ ਆਉਂਦੀ, ਅਤੇ ਜਾ ਮੈਂ ਗੇਟ ਖੋਲ੍ਹ ਕੇ ਵੇਖਿਆ ਕਿ ਅੰਦਰ ਲਾਈਟ ਆ ਗਈ ਆ, ਅਤੇ ਲਾਈਟ ਵੀ ਉਦੋਂ ਹੀ ਗਈ ਆਈ ਆ ਜਦੋਂ ਕਿ ਬੱਚੇ ਚਲੇ ਗਿਆ, ਅਤੇ ਜਦੋਂ ਵਿਚਾਰਿਆਂ ਨੇ ਬੱਚੇ ਨੇ ਸਕੂਲੋਂ ਥੱਕ ਕੇ ਆਏ, ਇੰਨੀ ਗਰਮੀ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਸੀ, ਉਹਨਾਂ ਉਦੋਂ ਦੀ ਮਤਲਬ ਕਿ ਜਦੋਂ ਦੇ ਉਹ ਉਹਨਾਂ ਦਾ ਸਕੂਲੋਂ ਆਉਣ ਦਾ ਟਾਈਮ ਹੋਇਆ ਸੀ ਨਾ, ਪੂਰੇ 2 ਵਜੇ ਉਦੋਂ ਲਾਈਟ ਚਲੇ ਗਈ, 2 ਵਜੇ ਲਾਈਟ ਚਲੇ ਗਈ, ਅਤੇ ਹੁਣ ਵਿਚਾਰੇ ਟਿਊਸ਼ਨ ਪੜ੍ਹ ਕੇ ਗਏ ਆ 7 ਵਜੇ ਹੁਣ ਘਰਾਂ ਨੂੰ ਗਏ ਆ, ਅਤੇ ਹੁਣ ਜਿਹੜੀ ਆ ਲਾਈਟ ਉਹ ਆ ਗਈ ਆ, ਅਤੇ ਵਿਚਾਰੇ ਬੱਚਿਆਂ ਨਾਲ ਹੀ ਇਹਨਾਂ ਦੇ ਲਾਈਟ ਵਾਲਿਆਂ ਦਾ ਵੀ ਸਾਰੇ ਬੱਚਿਆਂ ਦੇ ਨਾਲ ਹੀ ਕਹਿੰਦੇ ਹੁੰਦੇ ਸੀ ਵਿਆਹ ਰਿਹਾ, ਅਤੇ ਹੁਣ ਮੈਂ ਆ ਕੇ ਅੰਦਰ ਜਦੋਂ ਵੇਖਿਆ ਅਤੇ ਲਾਈਟ ਆਉਣ ਦੀ ਹੁਣੇ ਆਈ, ਜਸਟ ਥੋੜ੍ਹਾ ਟਾਈਮ ਹੀ ਕਿਤੇ 5-10 ਮਿੰਟ ਪਹਿਲਾਂ, ਕਿਉਂਕਿ ਮੈਂ ਥੋੜ੍ਹਾ ਕੁ ਟਾਈਮ ਪਹਿਲਾਂ ਵੇਖਿਆ ਕਿ ਉਦੋਂ ਨਹੀਂ ਸੀ ਆਉਣ ਦੀ, ਅਤੇ ਹੁਣ ਮੈਂ ਜਦੋਂ ਅੰਦਰ ਆਉਣ ਲੱਗੀ ਅਤੇ ਮੈਨੂੰ ਲਾਈਟ ਆਈ, ਅਤੇ ਮੈਨੂੰ ਇੰਨਾ ਸਕੂਨ ਮਿਲਿਆ, ਇੰਨਾ ਵਧੀਆ ਲੱਗਾ, ਕਿਉਂਕਿ ਲਾਈਟ ਦੇ ਵਿੱਚ ਤੁਹਾਨੂੰ ਪਤਾ ਜਾਣਾ ਇੰਨੀ ਗਰਮੀ, ਇੰਨਾ ਬੁਰਾ ਹਾਲ ਹੈ ਨਾ, ਕੋਈ ਹਿਸਾਬ ਹੀ ਨਹੀਂ, ਆ ਵਿੱਚੋਂ ਜਦੋਂ ਮੀਂਹ ਪੈ ਜਾਂਦਾ ਨਾ ਉਦੋਂ ਠੰਡਾ ਹੋ ਜਾਂਦਾ, ਅਤੇ ਫਿਰ ਬਾਅਦ ਵਿੱਚ ਫਿਰ ਗਰਮੀ ਹੋ ਜਾਂਦੀ ਹੈ, ਅਤੇ ਹੁਣ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਮੇਰੀਆਂ ਲੈਗਸ ਨੂੰ ਕੀ ਹੋਇਆ ਸੀਗਾ, ਅਤੇ ਸੁੱਖ ਦੁੱਖ ਇੱਦਾਂ ਜ਼ਿੰਦਗੀ ਦੇ ਨਾਲ ਆਉਂਦੇ ਜਾਂਦੇ ਰਹਿੰਦੇ ਆ, ਅਤੇ ਇਹਦੇ ਤੋਂ ਮੈਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇੱਕ ਗੱਲ ਕਹਿਣਾ ਚਾਹੂੰਗੀ ਕਿ ਜ਼ਿੰਦਗੀ ਜਿਹੜੀ ਹਮੇਸ਼ਾ ਹੱਸ ਕੇ ਬਤੀਤ ਕਰਨੀ ਚਾਹੀਦੀ ਆ, ਠੀਕ ਆ। ਜਦੋਂ ਮੈਂ ਉਸ ਲਾਈਫ ਦੇ ਵਿੱਚ ਸੀਗੀ ਨਾ, ਮੈਂ ਜਦੋਂ ਉਸ ਦੌਰ ਦੇ ਵਿੱਚ ਜਦੋਂ ਮੈਂ ਮਤਲਬ ਕਿ ਮੈਂ ਬਿਲਕੁਲ ਚੱਲ ਨਹੀਂ ਸੀ ਪਾ ਰਹੀ ਹੈ ਨਾ, ਅਤੇ ਮਤਲਬ ਕਿ ਰਿੜ ਰਿੜ ਕੇ ਚੱਲਦੀ ਸੀ, ਮੈਂ ਉਸ ਟਾਈਮ 'ਤੇ ਵੀ ਖੁਸ਼ ਸੀਗੀ, ਮੈਂ ਅੱਜ ਵੀ ਖੁਸ਼ ਹਾਂ, ਅਤੇ ਮੈਂ ਆਪਣੀ ਲਾਈਫ ਨੂੰ ਬਹੁਤ ਇੰਜੋਏ ਕਰਦੀ ਹਾਂ, ਕਿਉਂਕਿ ਮੈਨੂੰ ਹੁੰਦਾ ਹੈ ਕਿ ਜ਼ਿੰਦਗੀ ਇੱਕ ਵਾਰੀ ਮਿਲੀ ਆ,
ਤੇ ਤੁਸੀਂ ਇਹਨੂੰ ਖੁਸ਼ ਹੋ ਕੇ ਜੀਓ, ਖੁਸ਼ ਹੋ ਕੇ ਕਿਸੇ ਦੇ ਨਾਲ ਕੋਈ ਮਤਲਬ ਨਾ ਰੱਖੋ, ਠੀਕ ਆ। ਆਪਣੀ ਲਾਈਫ ਆਪਣੇ ਹੀ ਜਿੱਦਾਂ ਹੀ ਤੁਸੀਂ ਚਾਹੁੰਦੇ ਜਿਹੜਾ ਤੁਸੀਂ ਉੱਦਾਂ ਹੀ ਰਹੋ, ਅਤੇ ਕਿਸੇ ਦਾ ਕੋਈ ਬਡਨ ਲੈਣ ਦੀ ਜ਼ਰੂਰਤ ਨਹੀਂ ਹੈ ਨਾ, ਅਤੇ ਕਿ ਸਾਨੂੰ ਕੋਈ ਕੀ ਕਹੂਗਾ ਜਾਂ ਕਿੱਦਾਂ ਕਿੱਦਾਂ ਨਹੀਂ, ਕਿਉਂਕਿ ਤੁਹਾਨੂੰ ਪਤਾ ਨਾ ਕਿ ਤੁਹਾਡਾ ਕੀ ਸਹੀ ਹੈ ਅਤੇ ਤੁਹਾਡਾ ਕੀ ਚੰਗਾ ਅਤੇ ਕੀ ਮਾੜਾ ਵਾ, ਠੀਕ ਆ। ਅਗਰ ਤੁਹਾਨੂੰ ਤੁਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਲੈ ਸਕਦੇ ਜੇ ਕਿ ਆਪਣਾ ਚੰਗਾ ਮਾੜਾ ਤੁਹਾਨੂੰ ਪਤਾ ਵਾ ਕਿ ਤੁਸੀਂ ਮਤਲਬ ਕੀ ਕਰਨਾ ਵਾ, ਜੇ ਤੁਹਾਡੇ ਲਈ ਚੰਗਾ ਤੁਸੀਂ ਉਹ ਕਰਨਾ ਵਾ, ਅਤੇ ਜੋ ਤੁਹਾਡੇ ਲਈ ਮਾੜਾ ਤੁਸੀਂ ਉਹ ਨਹੀਂ ਕਰਨਾ, ਅਤੇ ਉਹਦੇ ਨਾਲ ਤੁਹਾਨੂੰ ਤੁਹਾਡੀ ਲਾਈਫ ਦਾ ਸਾਰਾ ਜਿਹੜਾ ਕੀ ਤੁਹਾਡਾ ਕੰਟਰੋਲ ਤੁਹਾਡੇ ਹੱਥ 'ਚ ਹੋਣਾ ਚਾਹੀਦਾ ਵਾ। ਇਸ ਕਰਕੇ ਆਪਣਾ ਚੰਗਾ ਮਾੜਾ ਆਪ ਵੇਖੋ ਅਤੇ ਲਾਈਫ ਨੂੰ ਖੁੱਲ੍ਹ ਕੇ ਜੀਓ। ਜਦੋਂ ਮੈਂ ਨਹੀਂ ਹੀ ਚੱਲ ਪਾਉਂਦੀ, ਮੈਂ ਉਦੋਂ ਵੀ ਬਹੁਤ ਇੰਜੋਏ ਕਰਦੀ ਹੁੰਦੀ ਹਾਂ ਜੇ ਛੋਟੀ ਲਾਈਫ ਦੇ ਵਿੱਚ, ਨਹੀਂ ਕਿ ਮੈਂ ਬੱਚਿਆਂ ਨਾਲ ਖੇਡਣਾ, ਮੈਂ ਜਿੱਦਾਂ ਮਰਜ਼ੀ ਰਿੜਦੀ ਨੇ ਜਿੱਥੇ ਮਰਜ਼ੀ ਚਲੇ ਜਾਣਾ ਹੈ ਨਾ। ਅਤੇ ਜੇ ਮੈਂ ਹੁਣ ਚੱਲਣ ਲੱਗੀ ਨਾ, ਤਾਂ ਮੈਂ ਹੁਣ ਵੀ ਮਤਲਬ ਕਿ ਆਪਣੀਆਂ ਕਰਚਸ ਦੇ ਸਹਾਰੇ ਮੈਨੂੰ ਹੁੰਦਾ ਕਿ ਮੈਂ ਹਰੇਕ ਜਗ੍ਹਾ ਘੁੰਮਾਂ, ਹਰੇਕ ਜਗ੍ਹਾ ਮੈਂ ਜਿੱਥੇ ਨਹੀਂ ਵੀ ਜਾ ਸਕਦੀ ਮੈਂ ਉੱਥੇ ਵੀ ਜਾਵਾਂ। ਹੁਣ ਮੇਰੇ ਨਾ ਇੱਕ ਮੇਰੀ ਖੁਆਇਸ਼ ਹੈ ਕਿ ਮੈਂ ਗੋਆ ਜਾਵਾਂ, ਮੈਂ ਗੋਆ ਘੁੰਮ ਕੇ ਆਵਾਂ ਹੈ ਨਾ, ਸ਼ਿਮਲਾ ਜਾਂ ਗੋਆ ਜਾਂ ਮਨਾਲੀ, ਸ਼ਿਮਲਾ ਜਾਂ ਮਤਲਬ ਕਿ ਹਿੱਲ ਸਟੇਸ਼ਨ 'ਚ ਜ਼ਰੂਰ ਜਾਵਾਂ। ਅਤੇ ਕਈ ਵਾਰ ਮੈਂ ਸੋਚੂੰਗੀ ਯਾਰ ਉੱਥੇ ਤਾਂ ਹੈ ਨਾ ਮਤਲਬ ਕਿ ਚੜ੍ਹਾਈ ਹੁੰਦੀ ਆ, ਮੈਂ ਕਿੱਦਾਂ ਤੁਰੂੰਗੀ, ਮੈਂ ਕਿੱਦਾਂ ਕੀ ਕਰੂੰਗੀ, ਪਰ ਮੇਰੀ ਇੱਕ ਨਾ ਮਤਲਬ ਵਿਸ਼ ਹੈਗੀ ਹੈ ਕਿ ਮੈਂ ਜਾਵਾਂ, ਕਿਸੇ ਨਾ ਕਿਸੇ ਹੋਲੀਡੇਜ਼ ਦੇ ਵਿੱਚ ਮੈਂ ਜ਼ਰੂਰ ਜਾਵਾਂ ਉੱਥੇ ਅਤੇ ਘੁੰਮ ਫਿਰ ਕੇ ਆਵਾਂ। ਅਤੇ ਹੋਪ ਸੋ ਰੱਬ ਨੇ ਜੇ ਚਾਹਿਆ ਤਾਂ ਆਪਾਂ, ਜੇ ਉੱਥੋਂ ਦਾ ਆਪਣੇ ਕੀ ਕਹਿੰਦੇ ਹੁੰਦੇ ਆਪਣੇ ਦਾਣਾ ਪਾਣੀ ਹੋਇਆ ਤਾਂ ਆਪਾਂ ਜ਼ਰੂਰ ਜਾਵਾਂਗੇ, ਅਤੇ ਤੁਹਾਨੂੰ ਵੀ ਦਿਖਾਵਾਂਗੇ। ਅਤੇ ਦੇਖੋ ਅਜੇ ਤਾਂ ਫਿਲਹਾਲ ਲੱਗਦਾ ਨਹੀਂ ਆ, ਜਦੋਂ ਕਿਤੇ ਹੋਊਗਾ ਦਾਣਾ ਪਾਣੀ ਉੱਥੋਂ ਦਾ ਆਪਣੇ ਕਰਮਾਂ ਦੇ ਵਿੱਚ ਤਾਂ ਆਪਾਂ ਜ਼ਰੂਰ ਜਾਵਾਂਗੇ। ਦਾਣਾ ਸ਼ੇਅਰ ਕਰਾਂ, ਮੈਨੂੰ ਹੁੰਦਾ ਕਿ ਮੈਂ ਹਰੇਕ ਚੀਜ਼ ਹਰੇਕ ਜਗ੍ਹਾ 'ਤੇ ਜਾਵਾਂ, ਹਰੇਕ ਮਤਲਬ ਕਿ ਚੀਜ਼ ਨੂੰ ਇੰਜੋਏ ਕਰਾਂ, ਹਰੇਕ ਕੰਮ ਕਰਕੇ ਵੇਖਾਂ ਕਿ ਕਿਹੜਾ ਕਿਹੜਾ ਮੈਂ ਕੰਮ ਕਰ ਸਕਦੀ ਹਾਂ ਅਤੇ ਕਿਹੜਾ ਫਿਰ। ਹਾਂ ਜਦੋਂ ਮੈਂ ਉਹ ਕਰੂੰਗੀ ਕਿ ਜਦੋਂ ਮੈਨੂੰ ਲੱਗੂਗਾ ਕਿ ਨਹੀਂ ਇਹ ਮੇਰੇ ਤੋਂ ਨਹੀਂ ਹੋ ਸਕਦਾ ਤਾਂ ਮੈਂ ਉੱਥੇ ਦੁਬਾਰਾ ਬਾਅਦ ਵਿੱਚ ਉਹ ਨਹੀਂ ਕਰੂੰਗੀ। ਅਗਰ ਮੈਨੂੰ ਪਤਾ ਲੱਗ ਗਿਆ ਕਿ ਹਾਂ ਮੈਂ ਇਸ ਜਗ੍ਹਾ 'ਤੇ ਜਾ ਸਕਦੀ ਹਾਂ, ਇਹ ਜਗ੍ਹਾ ਮੇਰੇ ਲਈ ਹੈਗੀ ਹੈ ਜਾਣ ਵਾਸਤੇ, ਅਤੇ ਮੈਂ ਇੱਕ ਗੱਲ ਇਹ ਸੋਚਦੀ ਹੁੰਦੀ ਹਾਂ ਕਿ ਇਸ ਸਟੇਸ਼ਨ ਦੇ ਵਿੱਚ ਜਿਹੜੇ ਹੈਂਡੀਕੈਪਡ ਪੀਪਲ, ਉਹ ਵੀ ਤਾਂ ਹੈ ਨਾ ਸਰਵਾਈਵ ਕਰਦੇ, ਉਹ ਵੀ ਤਾਂ ਰਹਿੰਦੇ ਹੀ, ਉਹ ਵੀ ਤਾਂ ਜਾਂਦੇ ਆਉਂਦੇ ਹੀ ਆ, ਉਹ ਵੀ ਤਾਂ ਤੁਰਦੇ ਹੋਣਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਅਤੇ ਜਦੋਂ ਆਪਾਂ ਜਿਹੜੀ ਜਗ੍ਹਾ 'ਤੇ ਜਾਵਾਂਗੇ, ਆਪਾਂ ਜੇ ਕਹਿੰਦੇ ਹੁੰਦੇ ਨਾ ਜਿੱਥੇ ਜਾ ਜਿੰਨਾ ਚਿਰ ਜਾ ਕੇ ਨਾ ਵੇਖਾਂਗੇ, ਉਹਨਾਂ ਚਿਰ ਕਿੱਦਾਂ ਪਤਾ ਲੱਗੂਗਾ ਕਿ ਉੱਥੋਂ ਦਾ ਕੀ ਮਾਹੌਲ ਚਾਲ ਹੈ, ਉੱਥੋਂ ਦਾ ਕਿੱਦਾਂ ਦਾ ਹੈ ਨਾ, ਕੀ ਸਿਸਟਮ ਆ। ਅਤੇ ਚਲੋ ਗਾਈਜ਼, ਗੱਲਾਂ ਮੈਨੂੰ ਲੱਗਦਾ ਬਹੁਤ ਹੋ ਗਈਆਂ, ਤੁਸੀਂ ਦੱਸੋ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਕਿੱਦਾਂ ਦੀ ਲੱਗੀ। ਅਗਰ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਗਰ ਤੁਸੀਂ ਮੇਰੀ ਲਾਈਫ ਦੀ ਫੁੱਲ ਸਟੋਰੀ ਦੇਖਣਾ ਚਾਹੁੰਦੇ ਜੇ, ਸੁਣਨਾ ਚਾਹੁੰਦੇ ਜੇ ਕਿ ਹੈ ਨਾ ਕੀ ਆ, ਤਾਂ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ। ਜਿਹੜੇ ਵੀ ਭੈਣ ਭਰਾ ਦੇਖਦੇ ਨੇ ਤਾਂ ਆਪਾਂ ਪੂਰਾ ਤੁਹਾਨੂੰ ਆਪਣੀ ਜੋ ਵੀ ਮੇਰੀ ਬਚਪਨ ਦੀ ਸਟੋਰੀ ਰਹੀ ਆ, ਮੈਂ ਕਿੱਦਾਂ ਕੀ ਹੋਇਆ, ਮੈਨੂੰ ਮੇਰੀਆਂ ਲੈਗਸ ਨੂੰ ਕਿੱਦਾਂ ਮੈਂ ਮਤਲਬ ਕੀ ਸਾਰੀ ਆਪਾਂ ਤੁਹਾਡੇ ਨਾਲ ਡਿਟੇਲ ਦੇ ਵਿੱਚ ਸ਼ੇਅਰ ਕਰਾਂਗੇ। ਅਤੇ ਬਾਕੀ ਇੱਦਾਂ ਹੀ ਬਹੁਤ ਹੀ ਜਿਹੜੀ ਆ ਐਡਵੈਂਚਰ ਭਰੀ ਲਾ ਸਕਦੇ ਹਾਂ, ਐਡਵੈਂਚਰ ਭਰੀ ਹੈ ਨਾ, ਅਤੇ ਲਾਈਫ ਦੀ ਸਟੋਰੀ ਸਾਡੀ ਦੋਨਾਂ ਦੀ ਬਹੁਤ ਸਟਰਗਲ, ਬਹੁਤ ਹੀ ਜ਼ਿਆਦਾ, ਮੈਂ ਵੀ ਅਤੇ ਮੇਰੇ ਹਸਬੈਂਡ ਨੇ ਦੋਨਾਂ ਦੀ ਸਾਡੀ ਲਾਈਫ ਦੀ ਸਟੋਰੀ ਬਹੁਤ ਸਟਰਗਲ ਭਰੀ ਸੀਗੀ। ਅਤੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਤੁਸੀਂ ਜ਼ਰੂਰ ਦੱਸੋ ਕਿ ਤੁਸੀਂ ਵੇਖਣਾ ਚਾਹੁੰਦੇ ਜੇ ਕਿ ਨਹੀਂ ਵੇਖਣਾ ਚਾਹੁੰਦੇ। ਅਤੇ ਮਿਲਦੇ ਹਾਂ ਜੀ ਕੱਲ੍ਹ ਤੁਹਾਨੂੰ ਫਿਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਬਾਏ ਬਾਏ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਵੀ ਰਿਵਿਊ ਜ਼ਰੂਰ ਦਿਓ। ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਆਪਣੀਆਂ ਵੀਡੀਓ ਜਿਹੜੀਆਂ ਵਾ ਉਹਨਾਂ ਦੀ ਨੋਟੀਫਿਕੇਸ਼ਨ ਮਿਲ ਸਕੇ। ਬਾਏ।